स्वागत है जी ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋ ਗਏ ਆ ਜੀ ਵੱਡੀ ਖਬਰ ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉੱਡੇ ਹੋਸ਼ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਇਸ ਵੱਡੀ ਘਟਨਾ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਇੱਕ ਹੋਰ ਘਟਨਾ ਜਲੰਧਰ ਜ਼ਿਲ੍ਹੇ ਦੇ ਵਿੱਚ ਵਾਪਰੀ ਹੈ ਜਿਸ ਦੌਰਾਨ ਤਿੰਨ ਭਾਰੀ ਵਾਹਨਾਂ ਦੇ ਦੁਰਘਟਨਾ ਗ੍ਰਸਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਅਤੇ ਇਹ ਹਰਸਾ ਸਵੇਰੇ ਤਕਰੀਬਨ 4 ਵਜੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਦੇ ਉੱਪਰ ਵਾਪਰਿਆ ਤੇ ਇਸ ਰੋਡ ਦੇ ਉੱਪਰ ਪੱਠਿਆਂ ਦੀ ਲੱਦੀ ਹੋਈ ਟਰਾਲੀ ਨੂੰ ਗੁਰਨਾਮ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਕਾਲਾ ਬਕਰਾ ਜਲੰਧਰ ਦੀ ਚਾਰਾ ਮੰਡੀ ਵੱਚ ਲ ਜਾ ਰਿਹਾ ਸੀ ਤੇ ਜਦੋਂ ਉਹ ਆਪਣੇ ਟਰੈਕਟਰ ਟਰਾਲੀ ਦੇ ਨਾਲ ਅੱਡਾ ਬਿਆਸ ਪਿੰਡ ਤੇ ਨਿਜਾਮਦੀਨੋਂ ਪਰ ਵਿਚਾਲੇ ਪੁੱਜਾਤਾ ਅਚਾਨਕ ਹੀ ਟਰਾਲੀ ਨੂੰ ਟਰੈਕਟਰ ਨਾਲ ਜੋੜਨ ਵਾਲੀ ਹੱਕ ਟੁੱਟ ਗਈ ਅਤੇ ਜਿਸ ਤੋਂ ਬਾਅਦ ਪੱਠਿਆਂ ਵਾਲੀ ਟਰਾਲੀ ਛੜਕ ਦੇ ਉੱਪਰ ਹੀ ਖਲੋ ਗਈ ਅਤੇ ਟਰੈਕਟਰ ਚਾਲਕ ਆਪਣਾ ਟਰੈਕਟਰ ਛੱਡ ਕੇ ਕਿਧਰੇ ਚਲਾ ਗਿਆ ਤੇ ਇਸ ਦੌਰਾਨ ਜਲੰਧਰ ਦਾ ਰਹਿਣ ਵਾਲਾ ਰਵਿੰਦਰ ਕੁਮਾਰ ਪੁੱਤਰ ਜੀਵਨ ਸਿੰਘ ਰਾਮ ਟਰੱਕ ਵਿੱਚ ਬਜਰੀ ਲੱਦ ਕੇ ਭੋਗਪੁਰ ਵੱਲੋਂ ਜਲੰਧਰ ਨੂੰ ਆਰਐਸ ਦੇ ਰਸਤੇ ਵਿੱਚ ਖੜੀ ਟਰਾਲੀ ਵੇਖ ਕੇ ਉਸਨੇ ਕੱਟ ਕੇ ਟਰੱਕ ਨੂੰ ਅੱਗੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪਿੱਛੋਂ ਜੰਮੂ ਕਸ਼ਮੀਰ ਦੀ ਆ ਰਹੀ ਇੱਕ ਟੂਰਿਸਟ ਬੱਸ ਉਸ ਖੜੀ ਹੋਈ ਟਰਾਲੀ ਦੇ ਪਿੱਛੋਂ ਜਾ ਟਕਰਾਈ ਅਤੇ ਜਿਸ ਤੋਂ ਬਾਅਦ ਟਰਾਲੀ ਘੁੰਮ ਕੇ ਟਰੱਕ ਦੇ ਰਾਹ ਆ ਗਈ ਤੇ ਜਿਸ ਦੇ ਕਾਰਨ ਤਿੰਨੋਂ ਬਾਨਾ ਦੁਰਘਟਨਾਗ੍ਰਸਤ ਹੋ ਗਏ ਤੇ ਇਸ ਹਾਰਸੇ ਦੇ ਵਿੱਚ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਮੰਬੂਲੇ ਸੱਟਾਂ ਵੀ ਲੱਗੀਆਂ ਹਨ ਪਰ ਬੱਸਾ ਦੇ ਟਰੱਕ ਦਾ ਬਹੁਤ ਬੁਰੀ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਤੇ ਇਸ ਹਾਰਸੇ ਦੀ ਖਬਰ ਪੁਲਿਸ ਨੂੰ ਮਿਲਣ ਤੋਂ ਬਾਅਦ ਹੋ ਜਿਹੜਾ ਕਿ ਜਾਮ ਹੋਏ ਮਾਰਗ ਤੇ ਇੱਕ ਸਾਈਡ ਨੂੰ ਮੋੜ ਤੋਂ ਜਿਹੜਾ ਕਿ ਚਾਲੂ ਕਰਵਾ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਪੁਲਿਸ ਵੱਲੋਂ ਗੱਡੀਆਂ ਦੇ ਮਾਲਕਾਂ ਦੇ ਨਾਲ ਸੰਪਰਕ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ